ਬਿਲਾ ਦੀ ਬਰਕਤ। ਅੱਜ ਮੈਂ ਬਣਾਵਾਂਗੀ ਮੁਲਤਾਨੀ ਫਰਾਈ ਕੀਮਾ। ਮੁਲਤਾਨੀ ਫਰਾਈ ਕੀਮਾ ਬਣਾਉਣ ਵਾਸਤੇ ਸਾਨੂੰ ਅੱਧਾ ਕਿਲੋ ਬੀਫ ਦਾ ਕੀਮਾ ਚਾਹੀਦਾ, ਇਹਨੂੰ ਮੈਂ ਬੋਇਲ ਕਰ ਲਿੱਤਾ। 2 ਚਮਚ ਅਦਰਕ ਲਸਣ ਦੀ ਪੇਸਟ ਚਾਹੀਦੀ ਹੈ, 1 ਪਿਆਜ਼, 1 ਟਮਾਟਰ, 1 ਪਿਆੜੀ ਤੇਲ ਚਾਹੀਦਾ। ਮਸਾਲਿਆਂ 'ਚ ਕੁੱਟੀ ਮਿਰਚ ਪਾਵਾਂਗੀ, 1 ਚਮਚ ਹਲਦੀ ਪਾਵਾਂਗੀ, 1 ਚਮਚ ਪੀਸਾ ਧਨੀਆ ਪਾਵਾਂਗੀ, 1/2 ਚਮਚ ਸੁਰਖ ਪੀਸੀ ਮਿਰਚ ਪਾਵਾਂਗੀ, 1 ਚਮਚ ਨਮਕ ਪਾਵਾਂਗੀ, 1/2 ਚਮਚ। ਚਲੋ ਫਿਰ ਬਣਾ ਲਈਏ। ਕੜਾਹੀ ਮੈਂ ਅੱਗ ਉੱਤੇ ਰੱਖਤੀ, ਹੁਣ ਮੈਂ ਪਾ ਦਾਂਗੀ ਤੇਲ। ਬਿਸਮਿਲ੍ਲਾ, ਤੇਲ ਗਰਮ ਹੋ ਗਿਆ, ਹੁਣ ਮੈਂ ਕੀਮਾ ਫਰਾਈ ਕਰ ਲਾਂਗੀ। ਬਿਸਮਿਲ੍ਲਾ, ਕੀਮਾ ਅੱਛੀ ਤਰ੍ਹਾਂ ਫਰਾਈ ਹੋ ਗਿਆ, ਹੁਣ ਮੈਂ ਪਾ ਦਾਂਗੀ ਟਮਾਟਰ ਅਤੇ ਪਿਆਜ਼, ਸੁੱਕੇ ਮਸਾਲੇ ਪਾ ਦਾਂਗੀ, ਅਦਰਕ ਦੀ ਪੇਸਟ ਪਾ ਦਾਂਗੀ। ਕੀਮੇ ਦੇ ਵਿੱਚ ਮੈਂ ਮਸਾਲਾ ਮਿਕਸ ਕਰਤਾ, ਹੁਣ ਪਾ ਦਾਂਗੀ 2 ਹਰੀਆਂ ਮਿਰਚ, ਛੋਟੀ ਪਿਆਲੀ ਪਾਣੀ ਪਾ ਦਾਂਗੀ। 15 ਮਿੰਟ ਅਸੀਂ ਕੀਮੇ ਨੂੰ ਦਮ ਵਿੱਚ ਰੱਖ ਲਿਆ। ਮੁਲਤਾਨੀ ਫਰਾਈ ਕੀਮਾ ਮਾਸ਼ਾਅੱਲਾ ਸਾਡਾ ਤਿਆਰ ਹੋ ਗਿਆ, ਮੈਂ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਦੀ। ਬੇਟਾ ਜੀ, ਮੁਲਤਾਨੀ ਫਰਾਈ ਕੀਮਾ ਮੈਂ ਡਿਸ਼ ਆਊਟ ਕਰਤਾ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ। ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।